ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਯੂਕੇ ਅਤੇ ਯੂਰਪ ਦੇ ਵਿੱਚ ਵਸਦੇ ਸਾਰੇ ਵੀਅਰਸ ਨੂੰ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਸ਼ੋ ਅੱਜ ਦਾ ਮੁੱਦਾ ਉਹ ਸ਼ੋ ਉਹ ਪਲੈਟਫਾਰਮ ਉਹ ਪਬਲਿਕ ਡੋਮੇਨ ਜਿਸ ਉੱਤੇ ਅਸੀਂ ਵਿਚਾਰ ਵਟਾਂਦਰੇ ਕਰਦੇ ਹਾਂ ਉਹਨਾਂ ਮੁੱਦਿਆਂ ਦੇ ਉੱਤੇ ਜੋ ਕਿ ਧਾਰਮਿਕ ਸਮਾਜਿਕ ਅਤੇ ਸਿਆਸੀ ਮਸਲਿਆਂ ਦੇ ਨਾਲ ਨਾਲ ਸਿਆਸਤਦਾਨਾਂ ਦੇ ਮਸਲੇ ਅਤੇ ਹੋਰ ਜਿਹੜੇ ਨਿੱਜੀ ਮਸਲੇ ਹਨ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਚਾਹੇ ਉਹ ਪੰਜਾਬ ਦੀ ਸਿਆਸਤ ਨਾਲ ਜੁੜੇ ਹੋਣ ਚਾਹੇ ਲੰਡਨ ਦੀ ਸਿਆਸਤ ਦੇ ਨਾਲ ਜੁੜੇ ਹੋਣ ਯੂਰਪ ਦੀ ਸਿਆਸਤ ਦੇ ਨਾਲ ਜੁੜੇ ਹੋਣ ਤਾਂ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਔਰ ਤੁਸੀਂ ਸਾਨੂੰ ਰੋਜ਼ਾਨਾ ਕਾਲ ਕਰਕੇ ਆਪਣੇ ਪ੍ਰਤੀਕਰਮ ਆਪਣੇ ਤਰਕ ਵੀ ਸਾਡੇ ਨਾਲ ਸਾਂਝੇ ਕਰਦੇ ਹੋ ਅਸੀਂ ਉਹਦਾ ਵੀ ਸਵਾਗਤ ਕਰਦੇ ਹਾਂ ਅਸੀਂ ਕੱਲ੍ਹ ਮੁੱਦਾ ਚੁੱਕਿਆ ਸੀਗਾ ਕਿ ਪੰਜਾਬ ਦਾ ਇਜਲਾਸ ਜਿਹੜਾ ਵਿਧਾਨ ਸਭਾ ਦਾ ਉਹ ਸ਼ੁਰੂ ਹੋ ਚੁੱਕਿਆ ਅਤੇ ਵੱਖ ਵੱਖ ਪ੍ਰਤੀਕਰਮ ਸੁਣਨ ਨੂੰ ਮਿਲਣਗੇ 3 ਦਿਨ ਦਾ ਇਹ ਚੱਲਣ ਵਾਲਾ ਇਜਲਾਸ ਜਿਹਦਾ ਕੱਲ੍ਹ ਪਹਿਲਾ ਦਿਨ ਸੀਗਾ ਕੀ ਕੁਝ ਵਾਪਰਿਆ ਕੀ ਕੁਝ ਰਿਹਾ ਪਹਿਲੇ ਸ਼ੁਰੂਆਤ ਕਰਦੇ ਹਾਂ ਇਸ ਰਿਪੋਰਟ ਦੇ ਨਾਲ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਧੜੇ ਵੱਲੋਂ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸਾਥੀ ਵਿਧਾਇਕਾਂ ਸਣੇ ਵਿਧਾਨ ਸਭਾ ਦੇ ਬਾਹਰ ਬੈਠ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਜਲਾਸ ਨੂੰ ਵਧਾਉਣ ਦੀ ਮੰਗ ਕੀਤੀ ਖਹਿਰਾ ਧੜੇ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਐਚ ਐਸ ਫੂਲਕਾ ਵੀ ਖਹਿਰਾ ਧੜੇ ਦੇ ਸਮਰਥਨ ਵਿੱਚ ਖੁੱਲ੍ਹ ਕੇ ਨਿਤਰ ਆਏ ਇਸ ਮੌਕੇ ਖਹਿਰਾ ਨੇ ਕਾਂਗਰਸੀਆਂ ਤੇ ਵਾਰ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ 10 ਸਾਲ ਅਕਾਲੀਆਂ ਨੂੰ ਕੋਸਦੀ ਰਹੀ ਉਹ ਹੁਣ ਖੁਦ ਹੀ ਉਹਨਾਂ ਦੇ ਰਾਹ ਤੁਰ ਪਈ ਹੈ ਨਾਲ ਹੀ ਖਹਿਰਾ ਨੇ ਲੋਕਾਂ ਦੇ ਮਸਲਿਆਂ ਤੋਂ ਪਾਸਾ ਵਟਣ ਦੇ ਇਲਜ਼ਾਮ ਵੀ ਕਾਂਗਰਸ ਤੇ ਲਗਾਏ ਸਿਰਫ ਸ਼ਰਧਾਂਜਲੀਆਂ ਭੇਂਟ ਕਰਕੇ 15 ਮਿੰਟ ਇਹ ਸੈਸ਼ਨ ਉੱਠ ਜਾਏਗਾ 70 ਲੱਖ ਰੁਪਈਆ ਡਾਊਨ ਦ ਡਰੇਨ ਬਰਬਾਦ ਕੀਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਔਰ ਇਹ ਉਹ ਸਰਕਾਰ ਹੈ ਕਾਂਗਰਸ ਪਾਰਟੀ ਜਿਹੜੀ 10 ਸਾਲ ਅਕਾਲੀਆਂ ਨੂੰ ਕੋਸਦੀ ਸੀ ਅਕਾਲੀ ਵੀ ਇੱਦਾਂ ਹੀ ਕਰਦੇ ਸੀਗੇ 2 ਦਿਨ ਦਾ ਸੈਸ਼ਨ 1 ਦਿਨ ਦਾ ਸੈਸ਼ਨ ਲੋਕਾਂ ਦੇ ਮਸਲਿਆਂ ਤੋਂ ਭੱਜਦੇ ਸੀਗੇ ਅੰਦਰ ਵਿਧਾਨ ਸਭਾ ਦੇ ਰਾਤ ਗੁਜ਼ਾਰ ਕੇ ਜਾਖੜ ਸਾਹਿਬ ਹੋਣਾਂ ਨੇ ਇਹ ਪ੍ਰੋਟੈਸਟ ਕੀਤਾ ਸੀਗਾ ਕਿ ਵਿਧਾਨ ਸਭਾ ਦੇ ਸੈਸ਼ਨ ਪਾਰਲੀਮੈਂਟ ਦੀ ਤਰਜ਼ 'ਤੇ ਲਾਈਵ ਹੋਣੇ ਚਾਹੀਦੇ ਆ ਅਤੇ ਵੱਡੇ ਹੋਣੇ ਚਾਹੀਦੇ ਆ ਪਰੰਤੂ ਜਦੋਂ ਆਪਣੀ ਵਾਰੀ ਆਈ ਅਕਾਲੀਆਂ ਨਾਲੋਂ ਵੀ ਮਾੜਾ ਸ਼ੋਅ ਅਕਾਲੀਆਂ ਨਾਲੋਂ ਵੀ ਛੋਟੇ ਸੈਸ਼ਨ ਖਹਿਰਾ ਧੜੇ ਦਾ ਕਹਿਣਾ ਹੈ ਕਿ ਬੇਅਦਬੀ ਮਾਮਲਿਆਂ ਸੰਬੰਧੀ ਬਹਿਸ ਕਰਨ ਦੇ ਲਈ ਇਜਲਾਸ ਦਾ ਸਮਾਂ 1 ਹਫ਼ਤੇ ਦਾ ਹੋਣਾ ਚਾਹੀਦਾ ਹੈ ਖਹਿਰਾ ਨੇ ਮਾਨਸੂਨ ਇਜਲਾਸ ਦੇ ਇੰਨੇ ਘੱਟ ਸਮੇਂ ਨੂੰ ਕੋਝਾ ਮਜ਼ਾਕ ਦੱਸਿਆ ਹੈ 117 ਆਦਮੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਮਿਸ਼ਨ ਦੀ ਰਿਪੋਰਟ 200 ਸਫ਼ੇ ਤੋਂ ਜ਼ਿਆਦਾ ਰਿਪੋਰਟ ਦੇ ਉੱਤੇ ਕੀ ਬਹਿਸ ਹੋ ਜਾਵੇਗੀ ਇਸ ਲਈ ਅਸੀਂ ਸਮਝਦੇ ਹਾਂ ਕਿ ਇਸ ਪਵਿੱਤਰ ਸਦਨ ਦੇ ਨਾਲ ਕੋਝਾ ਮਜ਼ਾਕ ਕਾਂਗਰਸ ਸਰਕਾਰ ਨੇ ਕੀਤਾ ਵਾ ਸਾਡੀ ਮੰਗ ਆ ਕਿ ਇਹ ਸੈਸ਼ਨ ਘੱਟੋ ਘੱਟ 1 ਹਫ਼ਤਾ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ ਅਦਰ ਦੈਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੋ ਹੋਈ ਆ ਉਹਦੇ 'ਤੇ ਤਾਂ ਬਹਿਸ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਮੁਕੰਮਲ ਹੋਣੀ ਚਾਹੀਦੀ ਆ ਖਹਿਰਾ ਧੜੇ ਨੇ ਬੇਅਦਬੀ ਮਾਮਲਿਆਂ 'ਤੇ ਬਹਿਸ ਦੇ ਲਈ ਇਜਲਾਸ ਸਮਾਂ ਵਧਾਉਣ ਦੀ ਮੰਗ ਕੀਤੀ ਤਾਂ ਕਾਂਗਰਸ ਨੇ ਖਹਿਰਾ 'ਤੇ ਸਿਆਸਤ ਕਰਨ ਦਾ ਇਲਜ਼ਾਮ ਲਗਾ ਦਿੱਤਾ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਬੇਅਦਬੀ ਮਾਮਲੇ 'ਤੇ ਸੋਮਵਾਰ ਨੂੰ ਰਿਪੋਰਟ ਟੇਬਲ ਕੀਤੀ ਜਾਵੇਗੀ ਅਤੇ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ ਉਹਨਾਂ ਕਿਹਾ ਕਿ ਵਾਰ ਵਾਰ ਇਸ ਗੱਲ ਨੂੰ ਉਛਾਲ ਕੇ ਸਿਆਸਤ ਨਾ ਕੀਤੀ ਜਾਵੇ ਅੱਜ ਰਿਪੋਰਟ ਸਭ ਲੋਕਾਂ ਕੋਲ ਪਹੁੰਚ ਗਈ ਹੈ ਰਿਪੋਰਟ ਮੰਡੇ ਲੇ ਹੋਏਗੀ ਟੇਬਲ ਦੇ ਉੱਪਰ ਔਰ ਲੇ ਹੋਣ ਤੋਂ ਬਾਅਦ ਫੌਰੀ ਤੌਰ ਦੇ ਉੱਪਰ ਸਰਕੂਲੇਟ ਹੋਏਗੀ ਸਭ ਨੂੰ ਰਿਪੋਰਟ ਔਰ ਹਰ ਇੱਕ ਨੂੰ ਮੌਕਾ ਮਿਲੇਗਾ ਪੂਰੀ ਤਰ੍ਹਾਂ ਪੜ੍ਹ ਕੇ ਆਪਣੀ ਗੱਲ ਕਹਿਣ ਦਾ ਆਪਣਾ ਸਵਾਲ ਪੁੱਛਣ ਦਾ ਆਪਣਾ ਜਵਾਬ ਦੇਣ ਦਾ ਔਰ ਮੈਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਸਿਵਾਏ ਸਿਆਸਤ ਤੋਂ ਇਲਾਵਾ ਹੋਰ ਕੁਛ ਨਹੀਂ ਹੈ ਗੌਰਤਲਬ ਹੈ ਕਿ ਪੰਜਾਬ ਸਰਕਾਰ 5 ਦਿਨਾਂ ਦੇ ਮਾਨਸੂਨ ਇਜਲਾਸ ਦੀ ਗੱਲ ਕਹਿ ਰਹੀ ਹੈ ਪਰ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪਹਿਲਾ ਦਿਨ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ 2 ਦਿਨ ਲਈ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਸੋਮਵਾਰ ਨੂੰ ਵੀ ਕਾਰਵਾਈ ਬਾਅਦ ਦੁਪਹਿਰ ਹੀ ਸ਼ੁਰੂ ਹੋਵੇਗੀ ਅਜਿਹੇ ਵੀ ਸੈਸ਼ਨ ਦਾ ਸਮਾਂ ਮਹਿਜ 1.5 ਦਿਨ ਦਾ ਹੀ ਬਚਦਾ ਹੈ ਕੀ ਇਹਨਾਂ 1.5 ਦਿਨਾਂ ਵਿੱਚ ਲੋਕਾਂ ਦੇ ਮਸਲੇ ਚੁੱਕੇ ਜਾਣਗੇ ਜਾਂ ਇਸ ਵਾਰ ਦਾ ਮਾਨਸੂਨ ਸੈਸ਼ਨ ਵੀ ਹੰਗਾਮਿਆਂ ਦੀ ਭੇਟ ਚੜ ਜਾਵੇਗਾ ਇਹ ਸਵਾਲ ਹਜੇ ਕਾਇਮ ਹੈ ਚੰਡੀਗੜ੍ਹ ਤੋਂ ਅਮਰ ਸਿੰਘ ਦੇ ਨਾਲ ਨਿਊਜ਼ ਡੈਸਕ ਰਿਪੋਰਟ ਜਸਟਿਸ ਤੇ ਕਹਿੰਦੇ ਹਨ ਕਿ ਕਾਨਫਰੰਸ ਇਸ ਕਰਕੇ ਕੀਤੀ ਜਾਂਦੀ ਹੈ ਇਜਲਾਸ ਇਸ ਕਰਕੇ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਸਲੇ ਹਨ ਹਲਕਿਆਂ ਦੇ ਜਿਹੜੇ ਮਸਲੇ ਹਨ ਪਿੰਡਾਂ ਦੇ ਉਹ ਸੁਲਝਾਏ ਜਾ ਸਕਣ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਆਰੋਪ ਪ੍ਰਤੀਆਰੋਪ ਦੀ ਰਾਜਨੀਤੀ ਤੋਂ ਹਟ ਕੇ MLA ਜਿਹੜੇ ਨੇ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੇ ਆਪਣੇ ਹਲਕੇ ਦੀ ਗੱਲ ਕਰਨ ਔਰ ਦੱਸਣ ਕਿ ਕਿਸ ਤਰੀਕੇ ਦਾ ਭਵਿੱਖ ਜਿਹੜਾ ਉਹ ਆਪਣੇ ਹਲਕੇ ਦਾ ਸੁਧਾਰ ਸਕਦੇ ਹਨ ਸੁਨਹਿਰਾ ਕਰ ਸਕਦੇ ਹਨ ਲੇਕਿਨ ਜੇਕਰ ਇਸ ਇਜਲਾਸ ਦੀ ਹੁਣ ਗੱਲ ਕਰੀਏ ਜੋ ਕਿ ਮੌਨਸੂਨ ਸੈਸ਼ਨ 3 ਦਿਨਾਂ ਦਾ ਲਾਇਆ ਗਿਆ ਹੈ ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਕਿ ਸੈਸ਼ਨ ਜਿਹੜਾ ਉਹ ਥੋੜ੍ਹਾ ਜਿਹਾ ਇਹਦਾ ਟਾਈਮ ਜਿਹੜਾ ਉਹ ਹੋਰ ਐਕਸਟੈਂਡ ਹੋਣਾ ਚਾਹੀਦਾ ਸੀਗਾ ਲੇਕਿਨ ਮੈਂ ਇੱਥੇ ਇੱਕ ਚੀਜ਼ ਨੋਟਿਸ ਕੀਤੀ ਹੈ ਸ਼ਾਇਦ ਤੁਸੀਂ ਵੀ ਕੀਤੀ ਹੋਣੀ ਹੈ
कि नज़रां साड़ी कल बनिया सी, कल आपां एनालिसिस किया सी कि सुखपाल खेरा का रवैया किवें होएगा, आम आदमी पार्टी का रवैया किवें होएगा, या फिर विरोधी धिर जिहड़े उह किहड़े किहड़े मुद्दे चकेगा, हाकम सरकार किहड़े किहड़े मुद्दे सामने लैके आएगी, श्रोमणी अकाली दल जिहड़ी आ उह किहड़े किहड़े मुद्दे लैके सामने आएगी। असी यह भी विचार उड़ांदा कीता सीगा कि किस तरीके का सैशन होना चाहिए। सैशन असी यूके दे विच भी वेखदे आ, असैम्बली सैशन होंदा क्योंकि मदर ऑफ डेमोक्रेसी है यूके, तो उत्थे भी आपां सैशन देखदे आ। तो तुहानू की लगदा कि पंजाब दे सैशन, असैम्बली सैशन और यूके दे असैम्बली सैशन दे विच की फर्क आ, तुसीं भी वेख्या होना कई बार। दूजी गल मैं अज मुद्दे दे विच रख रहा कि जेकर सैशन रखे जाते हैं तो उहदे विच कि गल्लां नूं लैके विचार वटांदरा होना चाहिए। एक दूजी गल आपां अज दर्शकां नूं पुछांगे। तीजी गल मैं दर्शकां नूं पुछना चाहना कि किस तरीके नाल सुधारिया जा सकता है इजलास दे विच जो तर्क रखे जाते हैं, इजलास दे विच जिहड़ी गल्लां रखियां जांदियां हन, किस तरीके नाल साडे जिहड़े सियासतदान ने उन्हां नूं सोचना चाहिए, मोरल वैल्यूज़ की होनी चाहिए है, एथिक वैल्यूज़ की होनी चाहिए है। अज इस बारे भी आपां विचार वटांदरा करेंगे, विचार वटांदरा इस मुतलक भी करांगे। जो एनालिसिस आम आदमी पार्टी नूं वेखण नूं मिल रहा है कि सुखपाल खेरा तां नज़र आए लेकिन उन्हां दे नाल LOP लीडर ऑफ ऑपोजिशन जिन्हां नूं बनाया गया वह नज़र नहीं आए, और जिहड़े 3-4 विधायक सीगे जो तस्वीर लग रही सीगी कि वह दिखणगे, लेकिन एंड ऑफ द डे उन्हां दे नाल जिहड़े होर हिमायती सीगे एक मुठ नज़र नहीं आई आम आदमी पार्टी। कि आम आदमी पार्टी एकमुठ नज़र नहीं आती तो अपनी, क्योंकि विरोधी धिर हैगा कि वह अपनी आवाज़ को बुलंद कर पाएंगे, कि लोड़ हैगी कि पहले वो अपने मसले सुलझाउन, उस तो बाद जाके वो लोगों के मसले सुलझाउन, क्योंकि जब अपने मसले सुलझाउणगे तो कितने ना कितने जाके लोगों की हिमायत की गल हो पाएगी, लोगों के मसलों की गल हो पाएगी। की तुहानू लगता है इस मुतलक भी तुसीं अज मैनू कॉल करके अपने विचार मेरे नाल सांझे कर सकते हो। मेरे नाल स्टूडियो दे विच मौजूद ने, अज भी आपां एनालिसिस करांगे कि आने वाले दो समय दे विच की होएगा और किन्नू किन्नू श्रद्धांजलि दित्ती गई, यह भी जानने की कोशिश करते हैं। मेरे नाल स्टूडियो दे विच मौजूद ने नवीन शर्मा जी, जी स्वागत है तुहाडा मुद्दे दे विच। सब तो पहला मैं तुहाडे ओपनिंग कमेंट जानना चाहवांगा, जो आपां कल एनालिसिस कीता सीगा कितने ना कितने मुद्दे दे विच जो आपां गल सुनियां सीगियां साडे दर्शकां दी, उस गल नूं अमलीजामा पहनाया गया और उहदे विच सब गल्लां होईयां हन। देखियो जो एक्सपेक्ट कर रहे थे, जो उम्मीद कर रहे थे, वो कहते ना वो बेदर्दी वही बात हो गई जिस जो सोच रहे थे, यही होया कि 15 मिनट का सैशन होया, 15 मिनट के उन्होंने श्रद्धांजलियां दी, अटल बिहारी वाजपेयी, कुलदीप नैयर, बलराम जी दास टंडन, जिहड़े जिहड़ी शख्सियतां जिन्हां की डैथ हुई है इस दौरान, उन्होंने श्रद्धांजलि दी, वो सारे घर चले गए। जैसे सुखपाल सिंह खहरा कह रहे थे 70 लाख रुपया ड्रेन च चला गया, एक्चुअली प्रोसीजर है, पहले दिन श्रद्धांजलियां ही दित्तियां जांदियां ने, उस तो बाद अगले दिन, हुण कहिण नूं सैशन है जी 3 दिन का सैशन, एक्चुअली जिस तरह से कल कह रहे थे सैशन 3 दिन का नहीं है, ज़्यादा तो ज़्यादा 1.5 दिन की कार्रवाई होएगी, मंडे और ट्यूसडे मन के चलो यह है। सब तो वड्डी गल है कि मैं बार बार यह सवाल असी चुकते हैं मीडिया दे विच कि जिहड़े मीडिया जिहड़े असैम्बली दे सैशन होंदे ने छोटे क्यों होंदे है, एक एटीट्यूड दा डिफरेंस देखो, अज की है, अज श्रोमणी अकाली दल या आम आदमी पार्टी सुखपाल खहरे कह रहे हैं कि एक हफ्ते का सैशन होना चाहिए। मैनू वह तस्वीर याद आती है जो श्रोमणी अकाली दल की सरकार सी और इयो कांग्रेस के नेता जिहड़े इन्हां दे सुनील जाखड़ या होर जिहड़े भी नेता होंदे सीगे, वह असैम्बलियां दे बाहर खड़े होकर कहिंदे सी सैशन की अवधि वधाओ, सैशन सैशन की ड्यूरेशन वधाओ। यह की हुंदा कि जो तुसीं ओपोजिशन च हुंदे हो तो एटीट्यूड कुछ होर हुंदा, जो तुसीं सरकार च बैठ जांदे हो कांग्रेस भी उही लीक ते चल रही है। हुण कांग्रेस नूं कोई यह पुछे कि जे तुहानूं अगर इन्ना सेंसिटिव मुद्दा चुकना है, अगर तुसीं यह चाहते हो कि तुसीं जो जस्टिस कमीशन है रणजीत सिंह कमीशन ये बारे तुसीं गल करना चाहते हो, इन्ना सेंसिटिव मुद्दा और लंबा चौड़ा है, हुण वह भी जिस तरह राजकुमार वेरका कहिंदे कि हर एक बंदे नूं टाइम मिलेगा, उन्होंने पुछो भाई साहब टाइम कदों मिलेगा, 2 दिन का तो टाइम है, जो तुसीं रिपोर्ट पढ़ोगे करोगे 3-4-5 घंटे तो ये निकल जाएंगे, उस तो बाद रोला रप्पा होगा, एडजर्न हो जाएगा हाउस, खत्म कहानी। इस चीज़ मैं तुहानूं बार बार कह रहा सीगा कि यह जो सैशन की जी ड्यूरेशन होंदी है यह एक कोझा मजाक है, उन्हां वोटर्स दे नाल भी और उन्हां MLAs दे नाल भी। मैं तुहानूं दसदा 50 तो ज़्यादा MLA इस टाइम पंजाब दे विच हैगे ने जिहड़े यंग ने, कई MLAs ऐसे ने जिहड़े पहली वारी जित के आए, जिहड़े हले तक अपने विधानसभा दे विच एक वारी भी अपनी कोई गल नहीं कह पाए, एक लाइन तक नहीं बोल पाए, वो अपने इलाके दियों किद्दां रिप्रजेंट करनगे, अपनी कॉन्स्टिट्यूएंसी दियां अपने चोन क्षेत्र दियां किद्दां समस्यावां नूं चुकणगे, टाइम ही नहीं है, क्योंकि हुण 2 दिन दे तुसीं जिस तरह से कल खदशा जाहिर कीता सीगा उही चीज़ होनी है, जस्टिस रणजीत सिंह कमीशन दे उत्ते रौला पएगा और वो 2 दिन उहदे च निकल जाणगे। रौला भी क्यों पएगा, क्योंकि इह कहिंदे हाई कॉन्फिडेंशियल रिपोर्ट है, हाई कॉन्फिडेंशियल रिपोर्ट है, 30 जून नूं जस्टिस रणजीत सिंह ने रिटायर्ड जिहड़े ने उन्होंने CM नूं रिपोर्ट देती सी, यह जी CM जी रिपोर्ट सी हाईली कॉन्फिडेंशियल सी एंड इट वॉज कैप्टन CM ऑफिस
ਹਾਈ ਸਿਕਿਉਰਿਟੀ ਦੇ ਵਿੱਚ ਰੱਖੀ ਹੋਈ ਸੀ। ਉਸ ਤੋਂ ਬਾਅਦ ਵੀ 120 ਪੇਜ ਜਿਹੜੇ ਸੀ ਔਨਲਾਈਨ ਲੀਕ ਹੋ ਗਏ। ਔਨਲਾਈਨ ਲੀਕ ਹੋਣ ਦੇ ਨਾਲ ਕੀ ਹੋਇਆ, ਅਗਰ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਹੈ ਜਾਂ ਕਿਸੇ ਹੋਰ ਵੀ ਚੀਜ਼ ਦਾ ਨਾਮ ਹੈ, ਉਹਨਾਂ ਸਾਰਿਆਂ ਨੂੰ ਆਪਣੀ ਸਟ੍ਰੈਟੇਜੀ ਬਣਾਉਣ ਦਾ ਟਾਈਮ ਮਿਲ ਗਿਆ, ਉਹਨਾਂ ਨੂੰ ਤਿਆਰੀ ਕਰਨ ਦਾ ਟਾਈਮ ਮਿਲ ਗਿਆ ਕਿ ਕੱਲ੍ਹ ਨੂੰ ਅਸੈਂਬਲੀ ਦੇ ਵਿੱਚ ਸਵਾਲ ਜਵਾਬ ਹੋਣਗੇ ਤਾਂ ਅਸੀਂ ਕੀ ਜਵਾਬ ਦੇਣਾ। ਮਤਲਬ ਇਹ ਤੁਸੀਂ ਸੋਚ ਰਹੇ ਹੋ, ਤੁਸੀਂ ਦੇਖੋ ਕਿੱਦਾਂ ਸਾਰੀ ਮਿਲੀ ਭੁਗਤ ਹੈ, ਇਹ ਚੀਜ਼ ਕਰ ਸਕਦੇ ਹੋ। ਜੇ ਇੰਨਾ ਸੈਂਸਿਟਿਵ ਸੀ, ਇੰਨਾ ਹਾਈਲੀ ਸੈਂਸਿਟਿਵ ਮਾਮਲਾ ਸੀ, ਤਾਂ ਸਵਾਲ ਇਹ ਉੱਠਦਾ ਕਿ 30 ਜੂਨ ਦੀ ਰਿਪੋਰਟ ਪੇਸ਼ ਕੀਤੀ ਹੋਈ, ਉਹ ਵਿੱਚ ਜਾ ਕੇ ਅਗਸਤ ਜਾਂ ਜੁਲਾਈ ਦੇ ਵਿੱਚ ਕਿਸ ਤਰ੍ਹਾਂ ਜਾ ਕੇ ਲੀਕ ਹੋ ਗਈ। ਔਰ ਇਹ ਵੀ ਹੈ ਕਿ 190 ਪੇਜਾਂ ਦੀ ਰਿਪੋਰਟ ਸੀ ਟੋਟਲ, ਉਹ ਤਾਂ ਚੰਡੀਗੜ੍ਹ ਦੀ ਕਈ ਅਖਬਾਰਾਂ ਨੇ ਵੀ ਛਾਪਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਵੀ ਕਿਹਾ ਵੀ ਸਾਡੇ ਕੋਲ ਪੂਰੀ ਰਿਪੋਰਟ ਪਈ ਹੋਈ ਹੈ। ਅਗਰ ਇੰਨਾ ਸੈਂਸਿਟਿਵ ਮੈਟਰ ਸੀ, ਇੰਨੀ ਹਾਈਲੀ ਕੌਨਫੀਡੈਂਸ਼ੀਅਲ ਸਰਕਾਰ ਨੇ ਕਰਾਈ ਜਾਂਚ, ਤਾਂ ਉਹਦੀ ਰਿਪੋਰਟ ਕਿੱਦਾਂ ਲੀਕ ਹੋ ਗਈ? ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਟ ਵਾਜ਼ ਨਾਟ ਅ ਇਨਵੈਸਟੀਗੇਟਿੰਗ ਕਮਿਸ਼ਨ, ਇਟ ਵਾਜ਼ ਅ ਫਰੈਂਡਲੀ ਕਮਿਸ਼ਨ। ਇਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਸੀਗੇ, ਉਹਨਾਂ ਨੇ ਆਪਣੀ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਰਜਾਮੰਦ ਸੀਗੀ, ਜੋ ਕਾਂਗਰਸ ਸਰਕਾਰ ਦੀ ਮਰਜ਼ੀ ਸੀ, ਉਸ ਹਿਸਾਬ ਨਾਲ ਉਹ ਰਿਪੋਰਟ ਬਣਾਈ ਗਈ ਇਹ ਸ਼੍ਰੋਮਣੀ ਅਕਾਲੀ ਦਲ ਦੇ ਇਲਜ਼ਾਮ ਨੇ। ਹੁਣ ਇਹ ਚੀਜ਼ ਹੋਏਗੀ, ਤੁਹਾਨੂੰ 2 ਦਿਨ ਦੇ ਵਿੱਚ ਹੰਗਾਮਾ ਹੋਣਾ ਹੈ। ਕੱਲ੍ਹ ਔਰ ਪਰਸੋਂ ਹੈ ਜਿਹੜੀ ਅਸੀਂ ਵਾਰ ਵਾਰ ਇਹ ਗੱਲ ਕਰਦੇ ਹਾਂ ਕਿ ਡਿਊਰੇਸ਼ਨ ਜ਼ਿਆਦਾ ਹੋਣੀ ਚਾਹੀਦੀ ਹੈ, ਡਿਊਰੇਸ਼ਨ ਜ਼ਿਆਦਾ ਹੋਣੀ ਚਾਹੀਦੀ, ਉਹ ਨਹੀਂ ਹੋ ਰਹੀ। ਕਾਂਗਰਸ ਦੇ ਇੱਕ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਪੁਰਾਣੇ ਅਧਿਅਕਸ਼ ਰਹਿ ਚੁੱਕੇ ਨੇ ਕਾਂਗਰਸ ਦੇ, ਹੁਣ ਰਾਜ ਸਭਾ ਦੇ MP ਨੇ, ਉਹਨਾਂ ਤੱਕ ਨੇ ਇਹ ਗੱਲ ਕਹੀ ਹੈ ਕਿ ਜੀ ਕਿ 120 ਦਿਨ ਦੀ ਘੱਟ ਤੋਂ ਘੱਟ ਡਿਊਰੇਸ਼ਨ ਹੋਣੀ ਚਾਹੀਦੀ ਹੈ, 40-40 ਦਿਨ ਦੇ 3 ਸੈਸ਼ਨ ਲਗਾਓ। ਤੁਸੀਂ ਅਗਰ ਮਿਲਾ ਕੇ ਦੇਖੋਗੇ ਤਾਂ ਪੂਰੇ ਸਾਲ ਦੇ ਵਿੱਚ 20 ਦਿਨ ਤੋਂ ਜ਼ਿਆਦਾ ਵਿਧਾਨ ਸਭਾ ਚੱਲਦੀ ਨਹੀਂ। ਔਰ ਅਗਰ ਇਹੋ ਜਿਹਾ ਕੋਈ ਵੱਡਾ ਮਸਲਾ ਆ ਜਾਏ, ਕੋਈ ਵੱਡੀ ਜਿੱਦੂ ਕਹਿੰਦੇ ਕੋਈ ਅੜਿੱਕਾ ਆ ਜਾਏ, ਉਸ ਤੋਂ ਬਾਅਦ ਕਾਰਵਾਈ ਵੈਸੇ ਨਹੀਂ ਚੱਲਦੀ। ਔਰ ਰਣਜੀਤ ਸਿੰਘ ਕਮਿਸ਼ਨ ਨੂੰ ਤੁਸੀਂ ਦੇਖ ਲੈਣਾ, ਮੰਡੇ ਔਰ ਟਿਊਜ਼ਡੇ ਨੂੰ ਕੋਈ ਕੰਮ ਨਹੀਂ ਹੋਣਾ ਅਸੈਂਬਲੀ ਦੇ ਵਿੱਚ, ਇਹਦਾ ਹੀ ਰੌਲਾ ਰੱਪਾ ਰਹੇਗਾ। ਔਰ ਜਿਹੜੇ ਨੁਮਾਇੰਦੇ ਚੁਣ ਕੇ ਆਏ ਨੇ ਉਹ ਆਪਣੀ ਗੱਲ ਤਾਂ ਕਰ ਹੀ ਨਹੀਂ ਸਕਦੇ। ਨਹੀਂ, ਡਾਇਵਰਟਿੰਗ ਮੈਨੂੰ ਸਮਝ ਨਹੀਂ ਆਉਂਦਾ ਸਰਕਾਰ ਦੀ ਸਟ੍ਰੈਟੇਜੀ ਕੀ ਹੈ, ਲੋਕਾਂ ਤੋਂ ਸਵਾਲ ਜਵਾਬ ਤੋਂ ਇਹ ਬਚਦੇ ਕਿਉਂ ਨੇ, ਜਵਾਬਦੇਹੀ ਤੋਂ ਬਚਦੇ ਕਿਉਂ ਨੇ? ਦੋ ਚੀਜ਼ਾਂ ਹੁੰਦੀਆਂ, ਇੱਕ ਕਾਂਗਰਸ ਦੀ ਵੀ ਮੋਰਲ ਰਿਸਪੋਂਸੀਬਿਲਟੀ ਬਣਦੀ ਹੈ, ਅਗਰ ਕਾਂਗਰਸ ਨੂੰ ਸਰਕਾਰ ਨੇ ਅਗਰ ਜਵਾਬ ਦੇਣਾ, ਉਹਨਾਂ ਦਾ ਕਾਰਜਕਾਲ ਇੰਨਾ ਹੋ ਗਿਆ, ਉਹਨਾਂ ਕੋਲ 36 ਸਵਾਲ ਨੇ ਲੋਕਾਂ ਨੇ ਪੁੱਛਣੇ ਨੇ, ਉਹਨਾਂ ਕੋਲ 36 ਸਵਾਲ ਨੇ ਜਿਹੜੇ ਓਪੋਜੀਸ਼ਨ ਨੇ ਪੁੱਛਣੇ ਨੇ, ਉਹ ਜਵਾਬਦੇਹੀ ਤੋਂ ਕਿਉਂ ਬਚਦੇ ਨੇ? ਇਸ ਵਾਸਤੇ ਡਿਊਰੇਸ਼ਨ ਦੀ ਜਿਹੜੀ ਅਸੈਂਬਲੀ ਦਾ ਜਿਹੜਾ ਡਿਊਰੇਸ਼ਨ ਹੈ ਉਹਦੀ ਡਿਊਰੇਸ਼ਨ ਘੱਟ ਰੱਖੀ ਜਾਂਦੀ, 2-2 ਦਿਨ ਦੇ ਵਿੱਚ ਤੁਸੀਂ ਕੀ ਅਸੈਂਬਲੀ, ਮੌਨਸੂਨ ਸੈਸ਼ਨ ਹੈ, ਇਟਸ ਓਨਲੀ ਫੋਰ 2 ਡੇਜ਼। ਦੂਜੀ ਗੱਲ ਇਹ ਹੈ ਕਿ ਜਿਹੜਾ ਓਪੋਜੀਸ਼ਨ ਹੈ, ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦੀ ਮੋਰਲ ਰਿਸਪੋਂਸੀਬਿਲਟੀ ਕੀ ਸੀ? ਇੱਕ ਜ਼ਿੰਮੇਦਾਰ ਵਿਪਕਸ਼ ਦੀ ਭੂਮਿਕਾ ਨਿਭਾਏ, ਇੱਕ ਜ਼ਿੰਮੇਦਾਰ ਆਪਣਾ ਓਪੋਜੀਸ਼ਨ ਦੀ ਭੂਮਿਕਾ ਨਿਭਾ ਕੇ ਕੈਪਟਨ ਸਰਕਾਰ ਤੋਂ ਸਵਾਲ ਜਵਾਬ ਕਰੇ ਕਿ ਜੀ ਇਹ ਕਿਉਂ ਨਹੀਂ ਹੋਇਆ, SYL ਦਾ ਮਸਲਾ ਕਿਉਂ ਨਹੀਂ ਹੋਇਆ, ਅਨਇੰਪਲੋਇਮੈਂਟ ਦਾ ਤੁਸੀਂ ਕੀ ਕੀਤਾ, ਡਰੱਗਸ ਦਾ ਕੀ ਕੀਤਾ, ਇਹ ਸਾਰੀਆਂ ਚੀਜ਼ਾਂ ਕੀਤੀਆਂ। ਜਿਹੜੇ ਬਿਲਸ ਦੇ ਉੱਤੇ ਗੱਲ ਹੋਣੀ ਸੀਗੀ, ਕੀ ਉਹਨਾਂ ਬਿਲਸ ਦੇ ਉੱਤੇ ਗੱਲ ਹੋ ਪਾਏਗੀ? ਲੈਂਡ ਐਂਡ ਰਿਫੋਰਮਸ ਦੇ ਉੱਤੇ ਗੱਲ ਹੋਣੀ ਸੀਗੀ, ਲੈਂਡ ਐਂਡ ਐਕੁਜ਼ੀਸ਼ਨ ਦੇ ਉੱਤੇ ਗੱਲ ਹੋਣੀ ਸੀਗੀ, ਐਕਸਾਈਜ਼ ਦੇ ਉੱਤੇ ਗੱਲ ਹੋਣੀ ਸੀਗੀ, ਐਜੂਕੇਸ਼ਨ ਦੇ ਉੱਤੇ ਹੋਣੀ ਸੀਗੀ, ਹੈਲਥ ਦੇ ਉੱਤੇ ਹੋਣੀ ਸੀਗੀ, ਉਸ ਤੋਂ ਬਾਅਦ ਇੱਕ ਬਿੱਲ ਜਿਹੜਾ ਉਹ ਮਾਫੀਆ, ਚਾਹੇ ਉਹ ਸੈਂਡ ਮਾਫੀਆ ਹੋਏ ਚਾਹੇ ਉਹ ਲੈਂਡ ਮਾਫੀਆ ਹੋਏ, ਉਹਨੂੰ ਲੈ ਕੇ ਬਿੱਲਸ ਰੱਖਣੇ ਸੀਗੇ, ਉਸ ਮੁਤਲਕ ਗੱਲ ਹੋਣੀ ਸੀਗੀ, ਅਤੇ ਨਾਲ ਹੀ ਜਿਹੜਾ ਇੰਪਲੋਇਮੈਂਟ ਸੈਕਟਰ ਹੈ ਉਸਦੇ ਵਿੱਚ ਕੀ ਕੁਝ ਤਬਦੀਲੀਆਂ ਹੋਣਗੀਆਂ ਉਹਦੇ ਬਾਰੇ ਗੱਲ ਹੋਣੀ ਸੀਗੀ। ਤਾਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਬਿੱਲ ਰੱਖਣਾ ਸੀਗਾ ਐਜੂਕੇਸ਼ਨ ਨੂੰ ਲੈ ਕੇ, ਟੈਕਨੀਕਲ ਐਜੂਕੇਸ਼ਨ ਨੂੰ ਲੈ ਕੇ ਉਸ ਬਾਰੇ ਗੱਲ ਹੋਣੀ ਸੀਗੀ। ਤ੍ਰਿਪਤ ਰਾਜਿੰਦਰ ਬਾਜਵਾ ਜਿਹੜੇ ਨੇ ਉਹਨਾਂ ਨੇ ਆਪਣਾ ਬਿੱਲ ਰੱਖਣਾ ਸੀਗਾ ਕਿ ਉਸ ਮੁਤਲਕ ਗੱਲ ਹੋਏਗੀ, ਕਿਉਂਕਿ ਮੈਂ ਯਾਦ ਹੈ ਪੰਜਾਬ ਐਕਸਾਈਜ਼ ਦਾ ਜਦ ਬਿੱਲ ਪਾਸ ਹੋਇਆ ਸੀਗਾ 2nd Amendment 2017 ਦੇ ਵਿੱਚ, ਤਾਂ ਉਸਦੇ ਵਿੱਚ ਵਿਰੋਧੀ ਧਿਰ ਵੱਲੋਂ ਆਵਾਜ਼ ਚੱਕੀ ਗਈ ਸੀਗੀ, ਉਹਦੇ ਵਿੱਚ ਕੁਝ ਅਮੈਂਡਮੈਂਟਸ ਚਾਹੁੰਦੇ ਸੀਗੇ ਕਿ ਐਕਸਾਈਜ਼ ਦੇ ਵਿੱਚ ਟੈਕਸੇਸ਼ਨ ਜਿਹੜਾ ਉਸਦੇ ਵਿੱਚ ਤਬਦੀਲੀਆਂ ਲਿਆਈ ਜਾਣ ਤਾਂ ਕਿ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਉਹ ਭਰ ਸਕੇ, ਲੇਕਿਨ ਉਹਦੀ ਮਾਰ ਜਿੱਤ ਕਿਤੇ ਨਾ ਕਿਤੇ ਜਾ ਕੇ ਇੰਡਸਟਰੀਅਲਿਸਟ ਨੂੰ ਪੈ ਰਹੀ ਸੀਗੀ, ਤਾਂ ਉਹਦੇ ਵਿੱਚ ਥੋੜ੍ਹੀ ਅਮੈਂਡਮੈਂਟ ਦੀ ਲੋੜ ਹੈਗੀ ਹੈ। ਔਨ ਟੋਪ ਆਫ ਦੈਟ ਜੇਕਰ ਅਸੀਂ ਫਾਰਮਰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਤਬਦੀਲੀਆਂ ਲਿਆਉਣ ਦੀ ਲੋੜ ਸੀਗੀ, ਤਾਂ ਕਿ ਜਿਹੜੀ MSP ਵਧਾਈ ਗਈ ਹੈ ਕੇਂਦਰ ਸਰਕਾਰ ਵੱਲੋਂ, ਉਸ ਉੱਤੇ ਵੀ ਕੁਝ ਨਾ ਕੁਝ ਸੋਚਿਆ ਜਾਏ, ਕੁਝ ਬਿੱਲ ਅਜਿਹਾ ਪਾਸ ਕੀਤਾ ਜਾਏ ਜਿਸ ਮੁਤਲਕ ਕਿਸਾਨਾਂ ਨੂੰ ਫਾਇਦਾ ਹੋ ਸਕੇ ਪੰਜਾਬ ਦੇ ਅੰਦਰ, ਤਾਂ ਕਿ ਜਿਹੜੇ ਕਿਸਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਨੇ ਉਹ ਬਿੱਲ ਨੂੰ ਪਾਸ ਕਰਕੇ ਉਹਦੇ ਵਿੱਚ ਸੰਸ਼ੋਧਨ ਕਰਕੇ ਅਮੈਂਡਮੈਂਟ ਕਰਕੇ ਉਹਦਾ ਜਿਹੜਾ ਰੇਟ ਹੈ ਤਾਂ ਕਿ ਹੋਰ ਵਧਾਇਆ ਜਾਏ, ਜਿਸ ਕਰਕੇ ਉਹਨਾਂ ਨੂੰ ਸਿੱਧਾ ਫਾਇਦਾ ਜਿਹੜਾ ਉਹਨਾਂ ਦੇ ਕੋਲ ਜਿਹੜਾ ਪ੍ਰੋਫਿਟ ਹੈ ਉਹ ਪਹੁੰਚ ਸਕੇ। ਤਾਂ ਅਜਿਹੇ ਬਿੱਲਸ ਦੀ ਗੱਲ ਹੋਣੀ ਸੀਗੀ ਕਿ ਹੁਣ ਇਸ ਵਿਧਾਨ ਸਭਾ ਦੇ ਵਿੱਚ, ਇਸ ਇਜਲਾਸ ਦੇ ਵਿੱਚ ਇਹਨਾਂ ਬਿੱਲਸ ਬਾਰੇ ਗੱਲ ਹੋਏਗੀ? ਵਿਲ ਦੇ ਟਾਕ ਔਨ ਬਿਜ਼ਨਸ, ਵਿਲ ਦੇ ਵਿਲ ਟਾਕ ਔਨ ਸੱਚ ਬਿੱਲਸ, ਵਿਲ ਦੀ ਅਮੈਂਡਮੈਂਟਸ ਵਿਲ ਹੈਪਨ ਔਨ ਦਿਸ ਬਿੱਲਸ, ਕੀ ਸਿਰਫ ਹੋਏਗੀ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ? ਇਸ ਨੂੰ ਲੈ ਕੇ ਕਰਾਂਗੇ ਵਿਚਾਰ ਵਟਾਂਦਰਾ, ਔਰ ਇਹੀ ਹੈ ਅੱਜ ਦਾ ਮੁੱਦਾ। ਇਸ ਬ੍ਰੇਕ ਤੋਂ ਉਸ ਪਾਰ ਕਰਾਂਗੇ ਤੁਹਾਡੇ ਨਾਲ ਗੱਲਬਾਤ।